ਲਾ ਕੇ ਨਾਲ ਖੜੇ ਆ ਤੇ ਨਾਲ ਖੜੇ ਰਹੂਗੇ। ਵੀਰ ਕੁਮਾਰ ਪੰਜਾਬ ਮੁਸਲਿਮ ਵਰਕਰ ਯੂਨੀਅਨ ਪੰਜਾਬ ਪ੍ਰਧਾਨ, ਇਹ ਕਹਿੰਦਾ ਵੀ ਮੁਲਾਜ਼ਮਾਂ ਨੂੰ ਕੁਛ ਨਹੀਂ ਮਿਲਿਆ, ਉਹ ਕੁਛ ਨਹੀਂ ਦਿੱਤਾ, ਕੁਛ ਨਹੀਂ ਦਿੱਤਾ ਗਿਆ, ਨਾ ਕੱਚੇ ਮੁਲਾਜ਼ਮ ਪੱਕੇ ਕੀਤੇ ਗਏ ਆ, ਨਾ ਪੇ ਕਮਿਸ਼ਨ ਦਿੱਤਾ ਗਿਆ, ਨਾ ਉਹਦਾ ਕੋਈ ਬਕਾਇਆ ਦਿੱਤਾ ਗਿਆ, ਨਾ ਡੀਏ ਦੀ ਦਿੱਤੀ ਗਈ ਆ, ਸਾਨੂੰ ਇਹ ਬਾਈਟ ਤੋਂ ਕੁਛ ਨਹੀਂ ਮਿਲਿਆ। ਅਸੀਂ ਨਾਰਾਜ਼ ਹਾਂ, ਜਿਹੜੇ ਉੱਤੋਂ ਕਾਲ ਆਊਗੀ ਦੁਬਾਰਾ ਅਸੀਂ ਫਿਰ ਉਵੇਂ ਕਰਾਂਗੇ। ਠੀਕ ਹੈ, ਥੈਂਕ ਯੂ। ਹਾਂਜੀ, ਕੀ ਕਾਰਨ ਆ ਜੀ, ਅੱਜ ਕਿਹੜੀਆਂ ਤੁਹਾਡੀਆਂ ਮੰਗਾਂ ਜਿਹੜੀਆਂ ਕਿ ਤੁਸੀਂ ਧਰਨਾ ਲਾਇਆ, ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਕੈਪਟਨ ਦਾ ਪੁਤਲਾ ਫੂਕਿਆ? ਪਹਿਲਾਂ ਤਾਂ ਜੀ ਮੈਂ ਅਰੁਣ ਗਿੱਲ ਪ੍ਰਧਾਨ ਸਮਾਜ ਸੇਵਕ ਯੂਨੀਅਨ ਨਗਰ ਕੌਂਸਲ ਜਗਰਾਉਂ ਵੱਲੋਂ ਇਹ ਦੱਸਣਾ ਚਾਹੁੰਦਾ ਕਿ ਕੱਲ੍ਹ 8 ਤਰੀਕ ਨੂੰ ਦੁਪਹਿਰ ਬਾਅਦ ਸਾਨੂੰ ਸਾਡੇ ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਇੱਕ ਨੋਟੀਫਿਕੇਸ਼ਨ ਮਿਲਿਆ, ਜਿਸ ਦੇ ਵਿੱਚ ਇੱਕ ਦਿਨ ਲਈ 9/3/2021 ਦੀ ਹੜਤਾਲ ਸੰਬੰਧੀ ਸਾਨੂੰ ਮੈਸੇਜ ਲੱਗਿਆ, ਜਿਹਦੇ ਸੰਬੰਧ ਦੇ ਵਿੱਚ ਅਸੀਂ ਸਾਡੇ ਕਾਰਜਸਾਧਕ ਅਫਸਰ ਨਗਰ ਕੌਂਸਲ ਜਗਰਾਉਂ ਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ। ਇਹ ਜੋ ਮੰਗਾਂ ਕੀ ਆ, ਤੁਹਾਡੀਆਂ ਮੇਨ ਮੰਗਾਂ ਕੀ ਆ ਜੀ? ਬਜਟ ਸੈਸ਼ਨ ਚੱਲ ਰਿਹਾ ਉਹਦੇ ਵਿੱਚ ਆਪਣੇ ਪੰਜਾਬ ਭਰ ਦੇ ਜਿੰਨੇ ਵੀ ਕਰਮਚਾਰੀ ਆ ਉਹਨਾਂ ਦੇ ਕਿਸੇ ਵੀ ਮਸਲੇ ਦੇ ਸੰਬੰਧ ਦੇ ਵਿੱਚ ਕੋਈ ਵੀ ਚਰਚਾ ਜਾਂ ਵਿਚਾਰ ਨਹੀਂ ਕੀਤਾ ਗਿਆ। ਇਸ ਸੰਬੰਧ ਦੇ ਵਿੱਚ ਪੂਰੇ ਪੰਜਾਬ ਭਰ ਦੇ ਕਰਮਚਾਰੀਆਂ ਦੇ ਵਿੱਚ ਰੋਸ ਪੈਦਾ ਹੋਇਆ, ਜਿਸ ਦੇ ਕਾਰਨ ਇੱਕ ਦਿਨ ਦੀ ਹੜਤਾਲ ਰੱਖੀ ਗਈ ਆ। ਔਰ ਸਾਨੂੰ ਪੰਜਾਬ ਸਫਾਈ ਸੇਵਕ ਯੂਨੀਅਨ ਵੱਲੋਂ ਜੋ ਵੀ ਇਹ ਕੀਤਾ ਗਿਆ, ਸਾਡਾ ਨਗਰ ਕੌਂਸਲ ਜਗਰਾਉਂ ਵੱਲੋਂ ਇਸ ਇੱਕ ਦਿਨ ਦੀ ਹੜਤਾਲ ਦੇ ਵਿੱਚ ਸਮਰਥਨ ਕੀਤਾ, ਜਿਹੜੀਆਂ ਇਹਦੇ ਵਿੱਚ ਮੰਗਾਂ ਪੁਰਾਣੀ ਨਵੀਂ ਪੈਨਸ਼ਨ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨਾ, ਕੱਚੇ ਮੁਲਾਜ਼ਮ ਪੱਕੇ ਕਰਨਾ, ਆਪਣੇ ਇੱਕ ਪਟਿਆਲਾ ਜ਼ਿਲ੍ਹੇ ਦੇ ਵਿੱਚ ਰਾਜਪੁਰਾ ਦੇ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ, ਉਹਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਅਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਸੰਬੰਧੀ ਇਹ ਅੱਜ ਦਾ ਹੜਤਾਲ ਦਾ ਦਿਨ ਰੱਖਿਆ ਗਿਆ। ਅਗਰ ਇਹਨਾਂ ਦੋਸ਼ੀਆਂ ਨੂੰ ਨਹੀਂ ਕੋਈ ਕਾਰਵਾਈ ਕੀਤੀ ਜਾਂਦੀ ਤਾਂ ਇਸ ਦਾ ਸ਼ਗੋਰ ਵੀ ਤੀਖਾ ਕੀਤਾ ਜਾਊਗਾ, ਅਤੇ ਜਿਵੇਂ ਵੀ ਸਾਡਾ ਪੰਜਾਬ ਕਮੇਟੀ ਵੱਲੋਂ ਆਦੇਸ਼ ਹੋਊਗਾ ਉਹਦੇ ਮੁਤਾਬਕ ਅਸੀਂ ਅੱਗੇ ਵਾਸਤੇ ਵੀ ਜੋ ਇਹ ਇਸ ਤੋਂ ਜ਼ਿਆਦਾ ਹੋਰ ਤੀਖਾ ਸੰਘਰਸ਼। ਠੀਕ ਜੀ।